ਸਤਿ ਸ਼੍ਰੀ ਅਕਾਲ ਜੀ। ਮੇਰੇ ਮਦਰ ਇਨ ਲੋ ਨੇ ਅਤੇ ਅਸੀਂ ਅੱਜ ਤੋਂ 4-5 ਮਤਲਬ ਮਹੀਨਿਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ ਕਿ ਮੰਮੀ ਦੇ ਮਤਲਬ ਪਿੱਤੇ 'ਚ ਪੱਥਰੀ ਸੀਗੀ। ਅਸੀਂ 2-3 ਹੋਸਪਿਟਲਸ 'ਚ ਗਏ ਹਾਂ, ਕਿਸੇ ਨੇ 10,000 ਲੈ ਲਿਆ, ਕਿਸੇ ਨੇ 5,000 ਲੈ ਲਿਆ, ਕਿਸੇ ਨੇ 20,000 ਵੀ ਲੈ ਲਿਆ। ਕੋਈ ਕਹਿੰਦਾ ਸੀਗਾ ਵੀ ਸਰਕਾਰੀ ਜਾਓ, ਬਟ ਉੱਥੇ ਕੋਈ ਪੁੱਛ ਗਿੱਛ ਨਹੀਂ ਸੀਗੀ। ਬਟ ਫਿਰ ਸਾਨੂੰ ਮਤਲਬ ਕਿਤੋਂ ਵੀ ਸੈਟਿਸਫੈਕਸ਼ਨ ਨਹੀਂ ਮਿਲੀ ਹੈਗੀ। ਲੋਕ ਡਰਾ ਦਿੰਦੇ ਸੀਗੇ ਵੀ ਇਹ ਇੱਦਾਂ ਹੋ ਜੂਗਾ, ਉੱਦਾਂ ਹੋ ਜੂਗਾ, ਹੈ ਨਾ। ਅਤੇ ਸਾਨੂੰ ਕਿਸੇ ਨੇ ਰੈਫਰ ਕੀਤਾ, ਸਾਨੂੰ ਕਿਸੇ ਨੇ ਦੱਸਿਆ ਕਿ ਅਰੋਗਿਆ ਹੋਸਪਿਟਲ ਇੱਥੇ ਹੈਬੋਵਾਲ ਜੱਸੀਆਂ ਰੋਡ 'ਤੇ, ਵੀ ਤੁਸੀਂ ਉੱਥੇ ਜਾਓ। ਅਤੇ ਅਸੀਂ ਉਹਨਾਂ ਦੇ ਦੱਸੇ 'ਤੇ ਇੱਥੇ ਆਏ ਹਾਂ। ਸਾਨੂੰ ਡਾਕਟਰ ਸਾਹਿਬ ਦਾ ਮਤਲਬ ਕਿਸੇ ਨੇ ਦੱਸਿਆ ਸੀ, ਡਾਕਟਰ ਆਸ਼ੀਸ਼ ਕੁਮਾਰ ਜੀ। ਅਤੇ ਜਿੱਦਾਂ ਹੀ ਅਸੀਂ ਉਹਨਾਂ ਕੋਲ ਆਏ ਹਾਂ, ਉਹ ਕਹਿੰਦੇ ਵੀ ਉਹਨਾਂ ਨੇ ਬਹੁਤ ਹੀ ਅੱਛੇ ਤਰੀਕੇ ਸਾਨੂੰ ਪਹਿਲਾਂ ਗਾਈਡ ਕੀਤਾ। ਪ੍ਰੋਪਰ ਜਿਹੜੀ ਟੈਨਸ਼ਨ ਸੀਗੀ ਸਾਡੇ ਦਿਮਾਗ 'ਚ, ਜੋ ਡਰ ਸੀਗਾ ਪਹਿਲਾਂ, ਉਹ ਕੱਢਿਆ ਪ੍ਰੋਪਰ ਉਹਨਾਂ ਦੀ ਕਾਉਂਸਲਿੰਗ ਨਾਲ। ਅਤੇ ਦੈਨ ਅਸੀਂ ਉਸ ਤੋਂ ਬਾਅਦ ਬਹੁਤ ਹੀ ਅੱਛਾ ਮਤਲਬ ਇੱਥੇ ਆ ਕੇ ਸਾਨੂੰ ਬਹੁਤ ਬੈਟਰ ਫੀਲ ਹੋਇਆ ਕਿ ਸਟਾਫ ਵੀ ਬਹੁਤ ਅੱਛਾ ਆ ਔਰ ਨੀਟਨੈਸ ਵੀ ਬਹੁਤ ਵਧੀਆ ਹੈ ਪੂਰੇ ਹੋਸਪਿਟਲ ਦੀ, ਔਰ ਬਹੁਤ ਅੱਛੇ ਤਰੀਕੇ ਨਾਲ ਕੇਅਰ ਕੀਤੀ ਹੈ ਇਹਨਾਂ ਨੇ। ਔਰ ਕੱਲ੍ਹ ਮੰਮੀ ਦਾ ਓਪਰੇਸ਼ਨ ਹੋਇਆ ਆ, ਅਤੇ ਬਹੁਤ ਮਤਲਬ ਪਹਿਲਾਂ ਤਾਂ ਬਹੁਤ ਦਿੱਕਤ ਪਰੇਸ਼ਾਨੀਆਂ ਆ ਰਹੀਆਂ ਸੀਗੀਆਂ, ਬਟ ਕੱਲ੍ਹ ਤੋਂ ਅੱਜ ਦੇ ਹੁਣ ਤੱਕ ਮਤਲਬ 24 ਆਵਰਸ ਹੋ ਗਏ ਆ, ਹੁਣ ਬਹੁਤ ਹੀ ਮਤਲਬ ਮੰਮੀ ਰਿਲੈਕਸ ਫੀਲ ਕਰ ਰਹੇ ਆ। ਸੋ ਪਲੀਜ਼ ਇਨ ਕੇਸ ਤੁਹਾਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਹੈਗੀ ਆ ਕੋਈ ਬੋਡੀ 'ਚ, ਤਾਂ ਪਲੀਜ਼ ਤੁਸੀਂ ਇੱਕ ਵਾਰੀ ਅਰੋਗਿਆ ਹੋਸਪਿਟਲ ਆ ਕੇ ਵਿਜ਼ਿਟ ਕਰੋ।